ਉਹ ਰਪਿੰਦਰ ਨਾਲ ਕਿਤੇ ਬੂਹੇ ਨਾਲ ਲਾ ਕੇ ਤੇ ਉਹਦੀਆਂ ਗੱਲਾਂ ਸੁਣਦੀ ਰਹੀ। ਅੱਛਾ। ਫਿਰ ਉਹਨੂੰ ਲਵਲੀ ਨੂੰ ਵੀ ਪੁੱਛਿਆ ਵੀ ਤੁਸੀਂ ਕਿਹਦੇ ਨਾਲ ਗੱਲਾਂ ਕਰਨ ਡੇ ਸੀ ਪੈਸਿਆਂ ਦੀਆਂ? ਉਹਨੇ ਸਗੋਂ ਕਿਹਾ ਵੀ ਨਹੀਂ ਇਹ ਦਫ਼ਤਰ ਦੀ ਕੋਈ ਗੱਲ ਵਾ, ਮੈਂ ਕਿਸੇ ਨਾਲ ਗੱਲ ਨਹੀਂ ਕਰਨ ਡਿਆ, ਉਦਾਂ ਹੀ ਆ ਤੈਨੂੰ ਲੱਗਾ। ਉਹ ਦਫ਼ਤਰੋਂ ਤਾਂ ਫੋਨ ਆਉਂਦੇ ਜਾਂਦੇ ਰਹੇ। ਚੱਲ ਉਹਨਾਂ ਦੀ ਗੱਲ ਹੋਈ ਤੇ ਫਿਰ ਰਪਿੰਦਰ ਮੈਨੂੰ ਦੱਸਣ ਡਿਆ ਵੀ। ਤੇ ਜੇ ਬਾਹਰ ਆਪਣੇ ਮਹਿਕਮੇ ਵੀ ਪਤਾ ਲੱਗ ਗਿਆ ਤੇ ਤਾਂ ਵੀ ਬਦਨਾਮੀ ਬੜੀ ਆ, ਤੇ ਥੋੜਾ ਧਿਆਨ ਨਾਲ ਮੇਰਾ ਵੀ ਕੰਮ ਕਰਿਆ ਕਰ। ਉਹ ਬਾਕੀ ਇਹ ਤੁਹਾਨੂੰ ਪਤਾ ਤਨਖਾਹ ਬੰਦਾ ਵੀ ਕੀ ਹੋ ਸਕਦਾ, ਅੱਜ ਪਤਾ ਲੱਗ ਜੇ, ਹੋ ਸਕਦਾ ਹਫ਼ਤੇ ਨੂੰ ਪਤਾ ਲੱਗ ਜੇ, ਹੁਣ ਉਧਰੋਂ ਹੀ ਜਵਾਬ ਆਉਣਾ ਜੋ ਵੀ ਆਉਣਾ। ਉਹ ਅੰਦਰ ਤੁਰੀ ਫਿਰਦੀ ਮੈਂ ਤੇ ਨਹੀਂ ਉਹ ਲੈਣ ਜਾਣਾ, ਤੇ ਤੂੰ ਫੜ ਲਿਆ ਤੇ ਨਾਲੇ ਉਹਨੂੰ ਇਹ ਗੱਲ ਕਹੀ ਤੇ ਸਾਂਝੀ ਪ੍ਰੈਸ ਵਾ ਇੱਥੇ ਬਾਹਰ ਲੱਗੀ ਰਹਿਣ ਦਿਆ ਕਰ, ਤੂੰ ਵੀ ਕੱਪੜੇ ਪ੍ਰੈਸ ਕਰ ਲੈ ਤੇ ਹੀ ਵੀ ਕਰਨੇ ਹੁੰਦੇ ਆ। ਪਿੰਦਰ ਛੱਡ ਪੁਰਾਣੀਆਂ ਗੱਲਾਂ ਸਾਰੀਆਂ, ਪਰ ਇੱਕ ਗੱਲ ਵਾ, ਤੇਰੀ ਸੱਸ ਨੇ ਪੂਰਾ ਜ਼ੋਰ ਲਾਤਾ ਕਿ ਜੋਬਨ ਬਾਹਰ ਨਾ ਜਾਵੇ, ਪਰ ਜਿਹਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਨਾ ਉਹਨੂੰ ਕੋਈ ਨਹੀਂ ਡੱਕ ਸਕਦਾ, ਪਰ ਇਹਨੇ ਪੂਰੀ ਕੋਸ਼ਿਸ਼ ਕੀਤੀ ਆ, ਪਤਾ ਨਹੀਂ ਇਹਦਾ ਮੈਂ ਕੀ ਦੇਣਾ। ਚੱਲ ਕੋਈ ਗੱਲ ਨਹੀਂ, ਜਿਹੜੇ ਹੁਣ ਸਾਡੇ ਬੰਦੇ ਕੋਲ ਨਜਾਇਜ਼ ਪੈਸੇ ਲਏ ਆ ਨਾ ਇਹਨਾਂ, ਉਹ ਤੇ ਹੁਣ ਇਹਦੀਆਂ ਜਰਾਂ ਚੋਂ ਚੰਗੀ ਤਰ੍ਹਾਂ ਹੀ ਕੱਢਾਂਗੇ।